ਆਸਮਾਏ ਕੀ ਮੁਰਗੀ ਨਵੀਂ ਆਈ ਏ ਚੁੱਲ੍ਹੇ ਤੂੰ ਫਿਰ ਕੀ ਵਾਰਾਂ ਦਾ ਤੁੱਕ ਹੈ ਅੰਮੀ ਨੂੰ ਪਤਾ ਹੋਵੇਗਾ ਅੰਮੀ ਕਿਉਂ ਵਾਰਦੇ ਨੇ ਚੁੱਲ੍ਹਿਆਂ ਤੂੰ ਜਿਹੜੇ ਮੁਰਗੀਆਂ ਦਾ ਸ਼ੌਕ ਰੱਖਦੇ ਨੇ ਬਾਈ ਤੁਸੀਂ ਜ਼ਰੂਰ ਦੱਸਣਾ ਹੈਗਾ ਮੁਰਗੀ ਮਾਸ਼ਾਅੱਲਾ ਵੇਖੋ ਕਿੰਨੀ ਪਿਆਰੀ ਹੈਗੀ ਲੰਮੀ ਤੌਣ ਵਾਲੀ ਹੈ ਹਾਂਜੀ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕੁਮ ਕੀ ਹਾਲ ਨੇ ਸਾਰਿਆਂ ਦਾ ਅਲਹਮਦੁਲਿਲਾ ਅਸੀਂ ਬਿਲਕੁਲ ਠੀਕ ਠਾਕ ਸਾਡੀ ਦੁਆ ਸਾਡੇ ਦੇਖਣਾ ਜਿੱਥੇ ਰਹਿਣ ਖੁਸ਼ ਰਹਿਣ ਪਾ ਰਹੇ ਮੈਂ ਸ਼ਾਸਤੇ ਵਸਤੇ ਰਹਿਣ ਅੱਲਾਹ ਪਾਕ ਸਭ ਨੂੰ ਸਲਾਮਤ ਰੱਖੇ ਅੱਲਾਹ ਪਾਕ ਸਭ ਦੇ ਰਿਜ਼ਕ ਗੈਰੋ ਬਰਕਤਾਂ ਫਰਮਾਵੇ ਆਮੀਨ ਸੁਮਾ ਆਮੀਨ ਇਸ ਨੇਕ ਦੁਆ ਦੇ ਨਾਲ ਅੱਜ ਦੇ ਵਲੌਗ ਦਾ ਆਗਾਜ਼ ਕਰਦੇ ਪਏ ਹਾਂ ਅਤੇ ਸੁਬਹਾ ਸਵੇਰੇ ਅਸੀਂ ਗਏ ਸੀ ਮਾਮੇ ਦੀ ਤਰਫ ਔਰ ਮਾਮੇ ਨੇ ਦਿੱਤੀ ਹੈ ਜੀ ਮੁਰਗੀ ਚੰਗੀ ਭਲੀ ਤਕਰੀਬਨ ਸਰਦੀਆਂ 'ਚ ਆਂਡੇ ਦੇਣ ਵਾਲੀ ਹੋਵੇਗੀ ਔਰ ਇਹ ਬੱਚੇ ਵੀ ਕੱਢਦੀ ਹੈਗੀ ਅਸੀਲ ਮੁਰਗੀ ਆ ਅੰਮੀ ਨੇ ਦਿੱਤੀ ਸੀ ਮੁਬਾਰਕਬਾਦ ਮਾਮੇ ਨੂੰ ਯਾਨੀ ਕਿ ਮਾਮਾ ਮੇਰਾ ਜਿਹੜਾ ਨਾ ਉਹ ਦਾਦਾ ਬਣਿਆ ਦੂਸਰੀ ਦਫ਼ਾ ਉਹਦਾ ਘਰ ਪੋਤਾ ਹੋਇਆ ਸੀ ਅਤੇ ਮਾਮੇ ਨੇ ਫਿਰ ਮੁਬਾਰਕ ਦੇ ਵਿੱਚ ਜਿਹੜੀ ਇਹਨਾਂ ਮੁਰਗੀ ਦਿੱਤੀ ਹੈਗੀ ਚੰਗੀ ਬਲੀ ਸਮਝੋ ਕਿ ਮੁਰਗੀ ਆ ਮਾਸ਼ਾਅੱਲਾ ਇੰਨੀ ਪਿਆਰੀ ਮੁਰਗੀ ਹੈ ਅਤੇ ਅੱਛੀ ਖਾਸੀ ਕੀਮਤ ਦੀ ਆ ਉਹ ਤਾਂ ਦੀਵਾਰ ਫੈਲਾਂ ਕੇ ਤਾਂ ਬਾਹਰ 'ਚ ਆਉਣ ਲੱਗੀ ਆ ਆ ਜਾ ਆਹ 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 ਇਹ ਦਾਣੇ ਚੁਗ ਲੈ ਬਰਤਨ ਫਰੋਲੇ ਬਰਤਨਾਂ 'ਚ ਕੁਛ ਵੀ ਨਹੀਂ ਹੈ ਅੰਮੀ ਉਹਨਾਂ ਜੋੜਾ ਵੀ ਕਾਰ ਕੋਈ ਹੈ ਹੋਰ ਮੁਰਗੀ ਮੁਰਗਾ ਵਧਾ ਚਲੋ ਰਲ ਮਿਲ ਜਾਸਣ ਆਪੇ ਕਾਕੇ ਦੀ ਕੋਲੋਂ ਨਹੀਂ ਬੱਜੀ ਮੁਰਗੀ ਕਾਕਾ ਫਾਦ ਕੰਗੜਾ ਫੱਟੀ ਮੁਰਗੀ ਫੱਟੀ ਮੁਰਗੀ ਫੱਟੀ ਹਾਂਜੀ ਮਾਰਤੀ ਉਹਨੂੰ ਕਲੋਤ ਸਹੀ ਗੰਗੜਾ ਫੱਦੀ ਗੰਗੜਾ ਫੱਦੀ ਆਪਾਂ ਤੇ ਜੰਗ ਕਰਦੇ ਮੁਰਗੀ ਨੂੰ ਫੜ ਫੜ ਮੁਰਗੀ ਨੂੰ ਮੁਰਗੀ ਫੜ ਲੈ ਅੱਛਾ ਫੜ ਲੈ ਮੁਰਗੀ ਅਸੀਂ ਜਾਈਏ ਖਨੇੜੇ ਉਹ ਤੂੰ ਬੜੀ ਔਖੀ ਫੜੀ ਜੀ ਹੈ ਬਈ ਪੰਮੇ ਕਰਦੀ ਉਹ ਲੈ ਕੇ ਗਈ ਉਹ ਲੈ ਕੇ ਗਈ ਮਾਸ਼ਾਅੱਲਾ ਮੁਰਗੀ ਇੰਨੀ ਪਿਆਰੀ ਹੈ ਨਾ ਹੱਥਾਂ ਦੇ ਉੱਤੇ ਵੀ ਕੋਈ ਚੀਜ਼ ਰੱਖੀ ਦੀ ਨਾ ਤਾਂ ਉਹ ਖਾ ਜਾਂਦੀ ਹਾਂ ਇਹ ਵੇਖੋ ਫਸ ਗਈ ਕੁੱਕੜ ਜ਼ਿਆਦਾ ਗ੍ਰਾਂ ਖਾ ਲਿਆ ਉਹਨੇ ਛੋਟਾ ਕਰਕੇ ਖਾ ਲੈ ਚੱਲ ਤੂੰ ਛੱਡ ਦਿਸ ਮੇਰਾ ਉਹ ਪਕੜ ਕੇ ਲੈ ਚਲੋ ਜੀ ਬੇਗਮ ਅੱਜ ਮੇਰੀ ਪਰੇਸ਼ਾਨ ਹੋਈ ਬੈਠੀ ਆ ਇਸ ਕਰਕੇ ਕਿਉਂਕਿ 2 ਕਿਲੋ ਦੁੱਧ ਸਾਡਾ ਖਰਾਬ ਹੋ ਗਿਆ ਕਿਹੜੀ ਵਜ੍ਹਾ ਤੂੰ ਹੋਇਆ ਦੱਸੀ ਆਸੀਆ ਪਤਾ ਨਹੀਂ ਲੇਕਿਨ ਮੈਂ ਤੈਨੂੰ ਦੱਸ ਦਿੰਦਾ ਕਿ ਉਬਾਲਾ ਨਹੀਂ ਦਿਵਾਇਆ ਸੀ ਐਵੇਂ ਹੀ ਰੱਖ ਦਿੱਤਾ ਫਰਿੱਜ 'ਚ ਰੱਖਿਆ ਹੋਇਆ ਫਰਿੱਜ 'ਚ ਰੱਖਿਆ ਲੇਕਿਨ ਉੱਥੋਂ ਜੀ ਤੂੰ ਲੈ ਕੇ ਆਉਂਦਾ ਨਾ ਪਤਾ ਨਹੀਂ ਉਹਨਾਂ ਨੇ ਸੁਬਹ ਦਾ ਰੱਖਿਆ ਜਾਂ ਪਿਛਲੇ ਟਾਈਮ ਦਾ ਇਹ ਅੱਲਾ ਬਿਹਤਰ ਜਾਣਦਾ ਲੇਕਿਨ ਦੁੱਧ ਨੂੰ ਸੇਕ ਲਵਾ ਕੇ ਰੱਖਣਾ ਚਾਹੀਦਾ ਔਰ ਇੱਥੋਂ ਹੁਣ ਦੁੱਧ ਲੱਭਣਾ ਵੀ ਕੋਈ ਨਹੀਂ ਸਮਝ ਆਏ ਜੀ
ਇੱਕ ਵਾਹਿਦ ਮੇਰੀ ਬੇਗਮ ਜਿਹੜੀ ਘਰ ਦੀ ਕੋਈ ਚੀਜ਼ ਖਰਾਬ ਹੋ ਜਾਵੇ ਨਾ ਉਹਦੇ 'ਚ ਬੜਾ ਪਰੇਸ਼ਾਨ ਹੁੰਦੀ ਹੈ। ਕੋਈ ਗੱਲ ਨਹੀਂ ਹੋ ਜਾਂਦੇ ਵਾਧੇ ਘਾਟੇ। ਰਾਤੀ ਕਿੰਨਾ ਕੁ ਇਸਤੇਮਾਲ ਕੀਤਾ? ਚਲੋ ਖੈਰ ਕੋਈ ਗੱਲ ਨੀ, ਮੁਕਦਰਾਂ ਜੋ ਚੀਜ਼ ਨੀ ਆਉਂਦੀ ਇਸੇ ਤਰ੍ਹਾਂ ਹੀ ਹੁੰਦਾ। ਚਾਵਲ ਰਾਤ ਦੇ ਗਰਮ ਹੋਏ, ਬਲਕਿ ਠੰਡੇ ਨੇ, ਗਰਮ ਕਰਨੇ ਵਾਲੇ ਨੇ, ਰਾਤ ਵਾਲੇ ਪਏ ਹੋਏ। ਮੈਂ ਗਰਮ ਕਰਕੇ ਦਿਓ, ਨਾਸ਼ਤੇ ਦੇ ਵਿੱਚ ਚਾਵਲ ਹੀ ਖਾਵਾਂਗਾ। ਇਹਨੂੰ ਗਰਮ ਕਰਕੇ ਦੇ, ਖਾਂਘ ਲੱਗ ਜਾਏ ਜੀ ਕਿਤੇ। ਗਰਮ ਕਰ ਚਾਵਲ ਜਲਦੀ ਨਾਲ, ਦੇ ਚ ਕੀ ਪਾ ਕੇ ਕਰ, ਜਲਦੀ ਨਾਲ ਗਰਮ ਕਰਕੇ ਚਾਵਲ ਤੇ ਪੇਸ਼ ਕਰ। ਚਾਵਲ ਬੜੇ ਮਜ਼ੇ ਦੇ ਹੈਗੇ ਸੀ। ਚਾਵਲ ਤਾਂ ਨੀ ਖਰਾਬ ਹੋਏ ਪਏ? ਚਾਵਲ ਕਿਹੜਾ ਖਰਾਬ ਹੋਏ ਹੋਣੇ? ਵਾਲ ਨੀ ਆਉਂਦਾ ਤੇ ਆਪਣੇ ਆਪ ਬਣ ਗਏ? ਨਹੀਂ ਏਦਾਂ ਨੀ ਹੁੰਦਾ, ਉੱਤੇ ਰੱਖਣ ਦੀ ਦਿਲ ਆਉਂਦੀ, ਫਿਰ ਉਹ ਦੁੱਧ ਕਿਉਂ ਨੀ ਬਣੇ? ਕੋਈ ਗੱਲ ਨੀ, ਹੋ ਜਾਂਦਾ। ਬੇਗਮ ਸਾਹਿਬਾ ਕੀ ਕਰਨ ਲੱਗੀ ਹੈ? ਰਾਤ ਨੂੰ ਅਸੀਂ ਆਹ ਲਾਈਟਾਂ ਲਾਈਆਂ ਸੀ, ਉਸ ਤੋਂ ਬਾਅਦ ਫਿਰ ਇਹ ਅੱਖਾਂ ਦੇ ਵਿੱਚ ਬੜੀਆਂ ਪੈੜੀਆਂ ਚਮੁੱਕੇ ਮਾਰਦੀਆਂ ਸੀ, ਬੰਦ ਕਰ ਦਿੱਤੀਆਂ। ਫਿਰ ਬਾਅਦ ਇਹ ਸਾਰੇ ਕੱਪੜੇ ਇਕੱਠੇ ਕੀਤੇ ਖੜੀ ਧੋਣ ਲੱਗੀ ਆ। ਮੈਂ ਤਾਂ ਸਵੇਰ ਮੈਂ ਸਾਈ ਜਾਣਾ ਹੈ ਤੇ ਮੈਂ ਉਹਦੇ ਕੱਪੜੇ ਸਾਰੇ ਧੋਈ ਛੱਡਾ ਸੀ, ਉਹ ਲੱਕੇ ਕੀ ਕੋਤ ਨਾ। ਇੱਕ ਦੋ ਸੂਟ ਮੈਨੇ ਦੇ ਦੇਣ ਨਾਲ ਮਰਦਾਂ ਕਹਿਣਾ ਵੀ ਹੁਣ ਸਾਰੇ ਇਕੱਠੇ ਕੀਤੇ ਖੜੀ ਤੋ ਦੇ ਕਮਰੇ ਸਾਡੇ ਦਾ ਵੀ ਸਤਿਆ ਨਾਸ ਹੋਇਆ ਹੋਇਆ, ਸਾਰਾ ਫਰਸ਼ ਖਰਾਬ ਹੋ ਗਿਆ ਹੋਇਆ। ਇਹ ਲੱਗਦਾ ਪਿਆ ਹੋਵੇ ਕਹਿੰਦਾ ਕੱਚਾ ਹੈ, ਕੱਚਾ ਨਹੀਂ ਹੈਗਾ, ਇਹ ਵੈਸੇ ਹੀ ਖਰਾਬ ਹੋ ਗਿਆ। ਹਰ ਥਾਂ ਟੁੱਟਾ ਵੱਜਾ ਪਿਆ। ਇਹਦਾ ਵੀ ਸੂਤਰਾ ਕਰਾਂਗੇ ਹੁਣ ਇਨਸ਼ਾ ਅੱਲਾਹ ਤਾਲਾ। ਚਾਰ ਪੈਸੇ ਪੂਰੀ ਯੂਟਿਊਬ ਦੀ ਪੇਮੈਂਟ ਲੱਗ ਜਾਣੀ ਅੰਦਰ ਸਾਰੇ ਮਾਮਲਾਤ ਵੇਖਣੇ ਪੈਂਦੇ ਨੇ। ਕੋਈ ਕੋਈ ਚੀਜ਼ ਨਹੀਂ ਹੁੰਦੀ ਵੀ ਬੰਦਾ ਇਹ ਕਰਾ ਲਵੇ। ਤੇ ਕੀ ਤਾਂ ਮੈਨੂੰ ਨਾ ਕੱਪੜੇ ਦੋ ਸੂਟ ਲੈ ਦੇ ਸਰਦੀ ਅੱਗੋਂ ਆਉਂਦੀ ਵੀ ਮੇਰੇ ਕੋਲ ਕੱਪੜੇ ਆਵੇ। ਆ ਸੂਟ ਕਦਮ ਤਾਂ ਲਿਓ ਯਾ ਤੇ ਹਲੇ ਤਾਂ ਤਾਂ ਗਿਆ ਹੁੰਦਾ ਦੋ ਸਾਰੇ ਹੀ। ਅੱਛਾ ਲੈ ਕੀ ਮੈਂ ਲੈਣੇ ਆ ਮੇਰੇ ਕੋਲ ਨਾ ਮੜ ਤਨਖਾਹ ਪੂਰੀ ਸੂਰੀ ਆਈ ਉਹ ਮਸੇ ਖਾਤੇ ਕਰਦੇ ਨਿਬੜੇ ਹਲੇ ਮਹੀਨਾ ਕੱਢ ਤਾਂ ਹਲੇ ਆ 8 ਤਰੀਕ ਹੋਈ ਹੈ। ਚਲੋ ਸਹੀ, ਕੋਈ ਨੀ ਇਨਸ਼ਾ ਅੱਲਾਹ ਤਾਲਾ ਲੈ ਲਿਓ ਸਾਂ ਕੱਪੜੇ ਵੀ। ਇੰਨਾ ਟੈਨਸ਼ਨ ਨਹੀਂ, ਬੰਦਾ ਪੈ ਜਾਂਦਾ ਵੀ ਮੰਮੀ ਨਾ ਇੰਨਾ ਦੋ ਕਿਲੋ ਖਰਾਬ ਹੋ ਗਿਆ ਤੇ ਇੰਨਾ ਦੋ ਕਿਲੋ। ਜਿਹੜੀ ਮੁਕਦਰਾਂ ਚੀਜ਼ ਨਾ ਹੋਵੇ ਫਿਰ ਇਸੇ ਤਰ੍ਹਾਂ ਹੁੰਦਾ, ਕੋਈ ਬਹਾਨਾ ਹੀ ਲੱਗਦਾ ਵੀ ਖਰਾਬ ਹੋ ਗਈ, ਉਬਾਲਾ ਨਹੀਂ ਦਿੱਤਾ ਜਾਂ ਫਿਰ ਸੰਭਾਲ ਤੇ ਨਹੀਂ ਰੱਖਿਆ, ਇਸੇ ਤਰ੍ਹਾਂ ਹੁੰਦਾ ਹੈਗਾ। ਮੇਰਾ ਬਣਾ ਲੈ ਇਸੇ ਦੋ ਫਿਰ ਮੈਂ ਕੱਲਾ ਹੀ ਬਣਾਈ ਰੱਖ ਸਕਦਾ। ਕੋਈ ਗੱਲ ਨਹੀਂ, ਜਿੰਨੇ ਦਿਨ ਉੱਥੇ ਫਿਰ ਮੈਂ ਕੱਲਾ ਹੀ ਬਣਾਉਣੇ ਆ। ਉੱਥੇ ਕਿਹੜਾ ਇੰਨੀ ਦੇਰ ਲੱਗਣੀ ਆ, ਜ਼ਿਆਦਾ ਦੇਰ ਲੱਗੀ ਤਾਂ 10 ਤੋਂ 15 ਦਿਨ ਵਿੱਚ ਸ਼ਾਇਦ ਲੱਗਦੇ, ਲਗਾਤਾਰ ਥੋੜ੍ਹਾ ਹੀ ਲੱਗਣੇ ਆ। ਤੇ ਜਿਹਨਾਂ ਦੇ ਦੂਸਰਾ 5-5, 6-6 ਸਾਲ ਬਾਹਰ ਰਹਿੰਦੇ ਨੇ ਲੋਕ। ਅੱਛਾ
ਸਹੀ ਹੈ ਜਿਹੜੀ ਜੱਟ ਵੀ ਨਹੀਂ ਪਾਉਂਦਾ ਤੇ ਇਹੋ ਆਇਆ। ਵਾਹ ਜੀ ਵਾਹ। ਅੱਕਾ ਅਗਲੇ ਦਿਨ ਇੱਕ ਕਮੈਂਟ ਵੀ ਆਇਆ ਕਿ ਆਸੀਆ ਨੂੰ ਆਪਣੇ ਬੇਟੇ ਨਾਲ ਜ਼ਿਆਦਾ ਤੇਰੇ ਨਾਲ ਮੁਹੱਬਤ ਹੈ, ਮਤਲਬ ਅੱਗੇ ਪਿੱਛੇ ਭੱਜ ਨਾਲ ਸੇ ਨਾਲ ਨਾਲ ਟੁਰੀ ਰਹਿੰਦੀ ਹੈ ਕਿ ਅਰੇ ਨਾਲ ਹੀ ਪਿਆਰ ਆ ਹੁੰਦੀ ਆ, ਕੱਲ ਹਰ ਚੀਜ਼ ਹੁੰਦੀ ਲੈ ਕੇ ਆਈ ਮੋੜ ਵੀ ਨਾ ਮੇਰੇ ਦਿਲ ਵਿੱਚ ਅਸਰਤ ਰਹਿ ਗਈ, ਬਹੁਤ ਕੰਮ ਪੱਤੀਆਂ ਲਿਆਂਦੀਆਂ ਤੇ ਬਹੁਤ ਕੰਗੇ ਗਿਫਟ ਇੱਕ ਬਾਜੀ ਨੇ ਆਖਿਆ ਵੀ ਸਪੈਸ਼ਲ ਮੈਂ ਲੈ ਕੇ ਆਵਾਂਗੀ ਜਦੋਂ ਮੈਂ ਪਾਕਿਸਤਾਨ ਆਈ, ਠੀਕ ਹੈ ਨਾ। ਉਸ ਬਾਜੀ ਨੇ ਆਪਣੇ ਜ਼ਿੰਮੇ ਲਿਆ ਹੈ ਤੇਰਾ ਵੀ ਗਿਫਟ, ਮੰਮਾ ਦਲੀ ਦਾ ਵੀ, ਠੀਕ ਹੈ ਨਾ। ਇੰਦਾ ਪਤਾ ਲੱਗਾ ਨਾ ਵੀ ਇਟਲੀ ਚ ਇਟਲੀ ਚ, ਠੀਕ ਹੈ ਨਾ, ਇਨਸ਼ਾਅੱਲਾ ਤਾਲਾ ਉਹ ਲੈ ਕੇ ਆਵੇਗੀ ਸਪੈਸ਼ਲੀ ਗਿਫਟ। ਓਕੇ ਹੋ ਗਿਆ, ਹੁਣ ਤੇ ਖੁਸ਼ ਹੋ ਜਾ। ਨਹੀਂ ਖੁਸ਼, ਓਵਰ ਐਕਟਿੰਗ ਓਵਰ ਐਕਟਿੰਗ ਓਵਰ ਐਕਟਿੰਗ, ਹਾਸੀ ਓਵਰ ਐਕਟਿੰਗ ਕਰਦੀ, ਓਵਰ ਐਕਟਿੰਗ ਨਹੀਂ ਅੱਛੀ ਹੁੰਦੀ। ਦੁੱਧ ਤੇ ਖਰਾਬ ਹੋ ਗਿਆ ਸੀ, ਹੁਣ ਚਾਹ ਕਿਸ ਦੀ ਬਣਾਈ ਫਿਰ? ਲੀਮਾ ਉਰਾਂ ਦਿੱਤਾ। ਅੱਛਾ, ਉਹਨਾਂ ਰਾਤ ਕੋਈ ਨਾ ਦਿੱਤਾ ਤੇ ਉਹਨਾਂ ਦੇ ਦਿੱਤਾ, ਇਹ ਵੀ ਠੀਕ ਹੈ। ਸੈਡ ਨਿਊਜ਼ ਬਾਈ ਹੋਰ ਵੀ ਹੈਗੀ, ਅੱਬੂ ਹੋਰਾਂ ਦਾ ਮੋਬਾਈਲ ਰਾਤ ਤੱਕ ਕਿਤੇ ਥੱਲੇ ਆ ਕੇ ਨਾ ਟੁੱਟ ਗਿਆ ਹੋਇਆ। ਇਹ ਅੱਬੂ ਮੈਨੂੰ ਕਹਿ ਰਿਹਾ ਮੈਨੂੰ ਨਾਲ ਲੈ ਕੇ ਜਾ, ਮੈਂ ਦਿਹਾੜੀਆਂ ਕਰਕੇ ਆਪਣਾ ਫੋਨ ਲੈਣਾ ਹੈਗਾ, ਕਿਉਂਕਿ ਮੈਂ ਕਿ ਇਕੱਲਾ ਪਿਆ ਹੁੰਦਾ ਅਤੇ ਫੋਨ ਤੋਂ ਬਗੈਰ ਮੇਰਾ ਗੁਜ਼ਾਰਾ ਨਹੀਂ ਹੁੰਦਾ। ਚਲੋ ਮਾੜਾ ਮੋਟਾ ਵਿੱਚ ਜਿਹੜਾ ਨਾ ਕੋਈ ਇਸਲਾਮਿਕ ਵੀਡੀਓ ਵਗੈਰਾ ਵੇਖ ਕੇ ਆਪਣਾ ਟਾਈਮ ਪਾਸ ਕੀਤੀ ਰੱਖੀਂਦਾ। ਅੱਬੂ ਕੀ ਪਿਆ ਦਿਹਾੜੀਆਂ ਕਰਨੀਆਂ ਤੁਸੀਂ? ਲੈ ਦਿਹਾੜੀਆਂ ਤੁਸਾਂ ਕੀ ਕਰਕੇ ਕਰਨੀ ਇਸ ਤਰ੍ਹਾਂ ਕਰ ਰਿਹਾ ਬਾਈ ਜੀ? ਵੇਖੋ ਨਾ ਲਾਈਨਾਂ ਜੀ ਵਿੱਚ ਆ ਗਈਆਂ ਸਾਰੀਆਂ, ਇਹਦਾ ਪਹਿਲੇ ਵੀ ਪੈਨਲ ਚੇਂਜ ਕਰਾਇਆ ਹੋਇਆ ਸੀ, ਹੁਣ ਵੀ ਇਸੇ ਤਰ੍ਹਾਂ ਹੀ ਹੋਇਆ। ਗੁਜ਼ਾਰਾ ਤਾਂ ਕਰਦਾ ਰਿਹਾ ਸੀ ਆਪੂ, ਇਹ ਵੇਖਾਂ ਲਾਈਨਾਂ ਜੀ ਵਿੱਚ ਆਏ ਨੇ, ਗੁਜ਼ਾਰਾ ਕਰਦਾ। ਇਹਦਾ ਲਾਕ ਖੋਲ, ਆ ਉੱਕਾ ਵੀ ਸੱਟਦੀ, ਉੱਕਾ ਸੱਟਦੀ ਛੱਡ ਕਾ ਸੋਟੇ, ਤੂੰ ਕਿਤੇ ਚਾਕ ਤੁਰੀ ਜਾਓ। ਕੰਮ ਨਹੀਂ ਕਰਦਾ ਪਿਆ, ਪੈਨਲ ਨਹੀਂ ਕੰਮ ਕਰਦਾ। ਇੱਕ ਤਾਂ ਕੰਮ ਕਰ ਗਏ, ਦੋ ਤਿੰਨ ਚਾਰ ਤੇ ਪੰਜ, ਆਹ ਲਾਈਨਾਂ ਜੀ ਹੈਗੀਆਂ ਇਸ ਤਰ੍ਹਾਂ ਦੀਆਂ। ਗੁਜ਼ਾਰਾ ਕਰਦਾ ਮਾੜਾ ਮੋਟਾ ਹਾਲੇ, ਆਪੇ ਜੇ ਸਾਡੇ ਲਾ ਗੁਜਾਇਸ਼ ਦਿੱਤੀ ਤਾਂ ਨਵਾਂ ਲੈ ਲਿਖਾ ਐਵੇਂ ਨਾ, ਸਾਨੂੰ ਕਿਹੜਾ ਐਡੀ ਐਮਰਜੈਂਸੀ ਹੈਗੀ। ਨਾ ਅਫਸੋਸ ਤਾਂ ਸਾਨੂੰ ਯਕੀਨ ਕਰੋ ਨਹੀਂ ਲੱਗਦਾ, ਜਿਨ੍ਹਾਂ ਦਾ ਕਾਰੋਬਾਰ ਹੈਗਾ ਸਮਝੋ ਕਿ ਯੂਟਿਊਬ ਦਾ ਕਰਨਾ ਔਰ ਆਪਾਂ, ਅਤੇ ਫਿਰ ਵੀ ਮਤਲਬ ਹੈ ਕਿ ਨਾ ਹੋਰਾਂ ਨੂੰ ਪਤਾ ਨਹੀਂ ਇੱਥੇ ਕਿਉਂ ਫੱਕੀ ਜੀ ਲੱਗੀ ਖੜੀ ਹੈ। ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਸਿਆਪਾ ਪਿਆ ਹੀ ਰਹਿੰਦਾ ਗਿਆ, ਨਿਕਲਿਆ ਹੀ ਰਹਿੰਦਾ ਗਿਆ। ਹੁਣ ਕੀ ਸਿਆਪਾ ਪਿਆ ਮੈਂ ਤੁਹਾਨੂੰ ਦਿਖਾਉਂਦਾ, ਇੱਥੋਂ ਜੇ ਅਗਰ ਨਜ਼ਰ ਆ ਗਿਆ ਨਾ ਮੋਬਾਈਲ ਦੇ ਵਿੱਚ ਤਾਂ ਤੁਹਾਨੂੰ ਨਜ਼ਰ ਜ਼ਰੂਰ ਲਾਇਕ ਤਾਂ ਗਾਂ ਹਾਲ ਹਾਲ ਪਾਈ ਖੜੀ, ਵਿਚਾਰੀ ਪਤਾ ਨਹੀਂ ਭੁੱਖੀ ਹੈਗੀ, ਦੇਖੋ ਨਾ ਭੁੱਖੀ ਖੜੀ ਆ, ਵੇ ਹੱਡ ਨਿਕਲੇ ਖੜੇ ਆ। ਇਹ ਬਾਈ ਜੀ ਇਹ ਟੈਂਕੀ ਆ, ਉਹ ਦੇਖ ਲਓ ਪਾਣੀ ਪਿਆ।
ਟੈਂਕੀ ਸਾਡੀ ਲੀਕ ਹੋ ਗਈ ਹੈ, ਪਤਾ ਨਹੀਂ ਟੁੱਟ ਗਈ ਅਗਲੀ ਥਾਂ ਤੋਂ ਜਾਂ ਹੋਰ ਮੈਨੂੰ ਮਸਲਾ ਬਣਿਆ, ਪ੍ਰੋਬਲਮ ਬਣੀ ਆ। ਇਹ ਵੀ ਸਮਝੋ 8-10 ਹਜ਼ਾਰ ਰੁਪਏ ਦਾ ਨੁਕਸਾ ਹੈਗਾ। ਜੇ ਅੰਮੀ ਤੂੰ ਵੀ ਉੱਥੇ ਅੰਦਰ ਭਵੇਂ ਤੇ ਅੱਬੂ ਇਹ ਤਾਂ ਮੋਬਾਈਲ ਲੈ ਕੇ ਜੋ ਹੈਂ ਇੱਕ ਤੇ ਬਾਈ ਜੀ ਅੱਬੂ ਦੀ ਵੈਸੇ ਵੀ ਤਬੀਅਤ ਇਸੇ ਵਜ੍ਹਾ ਤੋਂ ਜ਼ਿਆਦਾਤਰ ਖਰਾਬ ਹੋ ਜਾਂਦੀ ਹੈ। ਮੋਬਾਈਲ ਸਾਰੀ ਰਾਤ ਤਕਰੀਬਨ ਆਉਂਦਾ, ਮੈਨੂੰ ਨੀਂਦਾਂ ਨਹੀਂ ਆਉਂਦੀਆਂ, ਇਸ ਕਰਕੇ ਮੋਬਾਈਲ ਦੇ ਵਿੱਚ ਜਿਹੜੇ ਕੋਈ ਵੀਡੀਓ ਵਗੈਰਾ ਆਉਂਦੀਆਂ ਨੇ ਜਾਂ ਸਾਡੀਆਂ ਵੇਖ ਲਈਆਂ ਜਾਂ ਕੋਈ ਇਸਲਾਮਿਕ ਵੇਖ ਲਈਆਂ ਜਾਂ ਕੋਈ ਵਲੌਗ ਵਗੈਰਾ ਵੇਖ ਲਿਆ, ਇਸ ਤਰ੍ਹਾਂ ਦੇ ਯਾਨੀ ਕਿ ਨਾ ਉਹਨੂੰ ਸਮਝੋ ਕਿ ਇੱਕ ਨਾ ਦੇਖੇ ਤਾਂ ਉਹਨੂੰ ਚੈਨ ਨਹੀਂ ਮਿਲਦਾ। ਲੇਕਿਨ ਹੁਣ ਮੇਰਾ ਦਿਲ ਹੈ ਕਿ ਮੋਬਾਈਲ ਉਹਨੂੰ ਨਾ ਲੈ ਕੇ ਦੇ, ਮੇਰਾ ਨੂੰ ਵਲੌਗ ਵੇਖਦਾ ਪਿਆ ਹੋਵੇਗਾ, ਫਿਰ ਉਹਨੇ ਮੇਰੇ ਨਾਲ ਗੁੱਸੇ ਹੋ ਜਾਣਾ, ਸਾਖਣਾ ਵਿੱਚ ਵੀ ਆਖ ਰਿਹਾ ਮੋਬਾਈਲ ਨਾ ਲੈ ਕੇ ਦਿਓ। ਅਤੇ ਅੰਮੀ ਵੈਸੇ ਤੂੰ ਉਹਦੇ ਨਾਲ ਨਾ ਜਿਹੜਾ ਮਤਲਬ ਹੈ ਕਿ ਨਾ ਆਏ ਤਾਂ ਦਿਨ ਆਉਂਦੇ ਨੇ ਕਿ ਹੁਣ ਮਾਂ ਪਿਓ ਦੇ ਰਲ ਬਹਿ ਕੇ ਇੱਕ ਦੂਜੇ ਨੇ ਦੁੱਖ ਸੁੱਖ ਕਰਨੀਆਂ, ਪੁਰਾਣੀਆਂ ਗੱਲਾਂ ਕਰਨੀਆਂ, ਤੁਸੀਂ ਨੇ ਕੋਈ ਇਹਦੇ ਬੈਠਾ ਕੋਈ ਉਹਦੇ ਫੁੱਟ ਕੇ ਬੈਠਾ ਹੈਗਾ। ਹੈਂ ਮੇਰਾ ਦਾਮ ਹੁਣ ਤਾਂ ਗਰਮੀ ਚਲੀ ਗਈ, ਹੁਣ ਦਾਮ ਕਿਸ ਨਾਲ ਗੁੱਟੀ ਨਾ ਗਰਮੀ ਚਲੀ ਗਈ। ਹਾਂ ਮੈਨੂੰ ਇਹ ਸਾਹ ਮੇਰਾ ਹੀ ਗੁੜਦਾ ਮਾਉਣ ਪਾਉਂਦਾ, ਜਿੱਦਾਂ ਤਾਂ ਬਾਹਰ ਬੈਠੀ ਰਹਿੰਦੇ ਵਹਿੰਦੇ ਰਹਿੰਦੇ ਆ, ਕੋਈ ਤਾਂ ਪੈ ਜਾਂਦਾ ਕੋਈ ਅਸੀਂ ਲੱਗਿਆ ਜਾਂਦਾ, ਦਿਲ ਮੇਰਾ ਲਾਲੇ 'ਚ ਲੱਗਾ। ਅੰਮੀ ਨੂੰ ਸਮਝੋ ਕਿ ਜਿਹੜੇ ਕਿ ਗੁਜ਼ਰਦੇ ਪਏ ਨਾ ਲੰਘ ਟਾਪੇ ਵਾਲੇ ਉਹ ਵੇਖ ਵੇਖ ਕੇ ਖੁਸ਼ ਹੁੰਦੀ ਜਾਂਦੀ, ਤੇ ਅੱਬੂ ਉੱਧਰ ਮੋਬਾਈਲ ਤੇ ਖੁਸ਼ ਹੁੰਦਾ ਰਹਿੰਦਾ। ਤੇ ਅੰਮੀ ਤੁਰਦੀ ਫਿਰਦੀ ਤੂੰ ਹੈ ਕੋਈ ਨਾ, ਫਿਰ ਮਾੜਾ ਮੋਟਾ ਕੰਮ ਅਸ ਕੰਮ ਬੰਦਾ ਟੁਰਦਾ, ਲੱਕ ਮੇਰਾ ਸਾਥ ਨਹੀਂ ਦਿੰਦਾ, ਲੱਕ ਮੇਰਾ ਪੀੜ ਕਰਨਾ ਹੈ, ਨਹੀਂ ਟੁਰੀ ਆ ਜਾਂਦਾ, ਥੋੜਾ ਬਹੁਤਾ ਬੰਦਾ ਰਲਕਦਾ ਹੈ ਨਾ, ਵਰਜਿਸ਼ ਹੋ ਜਾਂਦੀ ਹੈ। ਇਸ ਤਰ੍ਹਾਂ ਬੈਠਿਆਂ ਬੈਠਿਆਂ ਤਾਂ ਫਿਰ ਇੱਕੇ ਥਾਂ ਤੇ ਬੰਦੇ ਬਿਮਾਰ ਹੀ ਹੋਣਾ, ਥੋੜਾ ਬਹੁਤਾ ਰਲਕਿਆ ਕਰ ਤੂੰ ਵੀ ਤਾਂ ਕਿ ਥਕਾਵਟ ਛਕਾਵਟ ਨਾ ਹੋਵੇ, ਸਮਝ ਆਈ ਨਾ। ਮੇਰੀ ਮਾਂ ਯਕੀਨ ਕਰ ਜੋ ਇੰਨੇ ਇੰਨੇ ਡੰਗਰ ਪਾਲ ਲੈਂਦੀ ਸੀ ਨਾ, ਤੇ ਹੁਣ ਆਉਂਦੀ ਮੇਰੇ ਕੋਲ ਅਗਾਂਹ ਪਿੱਛਾਂ ਟੁਰਨ ਹੀ ਨਹੀਂ ਹੁੰਦਾ ਹੈਗਾ, ਮੈਂ ਤਾਂ ਡੰਗਰ ਹੀ ਸਾਂਭਿਆ ਲੋਕਾਂ ਦੇ ਕੀਤੇ, ਉਹ ਹੁਣ ਨਹੀਂ ਹੁੰਦਾ ਤੇ ਮੁੜ ਕੇ ਹੋਣੀ। ਤਕਰੀਬਨ ਕੋਈ 30-35 ਸਾਲ ਤੇ ਅੱਬੂ ਦਾ ਸਾਥ ਦਿੱਤਾ ਹੈਗਾ, ਜਿਸ ਤਰ੍ਹਾਂ ਕਿਹਾ ਸੀ ਮੇਰਾ ਸਾਥ ਦਿੰਦੀ ਆ ਨਾ, ਉਹਦੇ ਤੋਂ ਬਾਅਦ ਕਿ ਮੇਰੀ ਮਾਂ ਨੇ ਸਾਥ ਦਿੱਤਾ ਅੱਬੂ ਦਾ, ਸਮਝੋ ਕਿ ਕਮਾਂਦ ਵੀ ਜਾ ਕੇ ਛਿਲਾਣਾ, ਬਾਗ ਸ਼ਾਗ ਵੀ ਜਿਤਨਾ ਵੀ ਕੰਮ ਹੈ ਨਾ ਟੋਟਲੀ ਨਾਲ ਕਰਾਉਂਦੀ ਹੈ ਅੰਮੀ, ਠੀਕ ਹੈ ਨਾ। ਜਦੋਂ ਦੀ ਅਸੀਂ ਹੋਸ਼ ਸੰਭਲੀ ਜਿਤਨਾ ਸਾਨੂੰ ਪਤਾ ਹੈਗਾ, ਉਸ ਤੋਂ ਪਹਿਲੇ ਦਾ ਪਤਾ ਨਹੀਂ ਕਿਤਨਾ ਕੁਛ ਕੰਮ ਕੀਤਾ ਹੈ ਨਾ ਕੀ ਨਹੀਂ ਕੀਤਾ, ਲੇਕਿਨ ਜੋ ਅਸੀਂ ਅੱਖਾਂ ਨਾਲ ਵੇਖਿਆ ਨਾ ਉਹ ਤੁਹਾਡੇ ਨਾਲ ਬਿਆਨ ਕਰਦੇ। ਮਾਲ ਹੀ ਸਾਂਭਿਆ ਹੈ, ਮਾਲ ਹੀ ਸਾਂਭੇ ਲੋਕਾਂ ਦੇ ਹੀ ਕੀਤੇ, ਇਹਦੇ ਨਾਲ ਹੀ ਕਰਾਏ, ਹੁਣ ਨਹੀਂ ਹੁੰਦਾ, ਹੁਣ ਅੱਡੀਆਂ ਚ ਪੀੜ ਪੀਂਦੀ ਆ। ਹਰ ਸ਼ਾਦੀ ਵਿਆਹ ਅੰਮੀ ਨੂੰ ਪਤਾ ਲੱਗਦਾ ਨਾ ਫਲਾਣੇ ਦੇ ਘਰ ਸ਼ਾਦੀ ਹੈ, ਤੇ ਉਹਨਾਂ ਦੇ ਘਰ ਆਪ ਹੀ ਚਲੇ ਜਾਣਾ, ਵੀ ਕੰਮ ਦੀ ਜ਼ਰੂਰਤ ਨਹੀਂ ਹੈ। ਇਸ ਤਰ੍ਹਾਂ ਕਰਕੇ ਸਮਝੋ ਕਿ ਅੰਮੀ ਨੇ ਸਾਡਾ ਬੜਾ ਖਿਆਲ ਰੱਖਿਆ, ਯਕੀਨ ਕਰ ਜੋ। ਲੇਕਿਨ ਹੁਣ ਆ ਕੇ ਤੇ ਉਮਰ ਵੀ ਡਲ ਗਈ ਹੈ, ਇਸ ਕਰਕੇ ਫਿਰ ਅੰਮੀ ਕੋਲੋਂ ਤੁਰਨ ਫਿਰਨ ਵੀ ਐਡਾ ਕੋਈ ਨਹੀਂ ਹੁੰਦਾ, ਤੇ ਮਾਲ ਡੰਗਰ ਅੰਮੀ ਜਿਹੜੇ ਸਾਂਭਦੇ ਆ ਉਹ ਕੀ ਕਰਦੇ ਆ, ਉਹ ਮਾਲ ਡੰਗਰ ਇਹਦੇ ਕਰਦੇ ਆ ਪੂਰੇ ਕਰਦੀ ਆ। ਹਰ ਸਾਲ
ਹਰ ਸਾਲ ਬੱਕਰੀਆਂ ਵੀ ਤਕਰੀਬਨ 8-10 ਆਉਂਦੀਆਂ ਤੇ ਵੱਡੇ ਜਾਨਵਰ ਵੀ 1-2-3 ਜੋਟੀਆਂ ਆਉਣੀਆਂ ਇਸ ਤਰ੍ਹਾਂ ਕਰਕੇ ਉਹ ਤਕਰੀਬਨ ਸਾਲ ਪਸਾਲੀ ਜਿਹੜਾ ਨਾ ਵੰਨ ਆ ਜਾਣੀਆਂ ਜੇ ਅਗਰ ਮਿਸਾਲ ਤੌਰ 'ਤੇ 1-2 ਵੰਡ ਲੈਣੀਆਂ ਤੇ ਅਗਲਿਆਂ ਕੋਲ ਗਰਾਂ ਕੋਲੋਂ 1-2 ਹੋਰ ਲੈ ਲੈਣੀਆਂ ਇਸ ਤਰ੍ਹਾਂ ਕਰਕੇ ਸਮਝੋ ਕਿ ਅੰਮੀ ਨੇ ਬੜਾ ਸਾਥ ਦਿੱਤਾ ਲੇਕਿਨ ਹੁਣ ਆ ਕੇ ਪਤਾ ਨਹੀਂ ਇਹਨਾਂ ਨੂੰ ਕੀ ਹੋਇਆ ਆਪਸ ਵਿੱਚ ਇੱਕ ਦੂਸਰੇ ਨਾਲ ਇਹਨਾਂ ਦਾ ਸਲੂਕ ਹੀ ਨਹੀਂ ਬਣਦਾ ਪਾਸਾ ਕੋਈ ਨੀ ਲੈ ਪਾਸਾ ਬੜਾ ਲਾ ਜਾਂਦਾ ਬੜਾ ਪਾਸਾ ਲਾਉਂਦਾ ਜਿਹੜਾ ਪਿਛਲੀਆਂ ਤੋਂ ਪਿਛਲੀਆਂ ਹੋਵਣ ਗੱਲਾਂ ਤੇ ਇੱਕ ਦੋ ਨਹੀਂ ਚਿਤਾਰੀ ਰੱਖੀ ਵੇ ਤੇ ਗੋਲੀ ਮਾਰੀ ਰੱਖੀ ਪੈਣਾ ਦੇ ਮਹਿਣੇ ਦੇਵੇ ਵਿਰਾਵਾਂ ਦੇ ਦੇਵੇ ਉਹ ਗੋਲੀ ਤਰ੍ਹਾਂ ਲੱਗਦੇ ਲੱਗਦੇ ਤਾਂ ਗੋਲੀ ਤਰ੍ਹਾਂ ਲੇਕਿਨ ਜਦੋਂ ਆਈ ਜੂ ਬੱਚੇ ਉਸਲ ਛੋਟੇ ਆ ਕਰਦੀ ਤਾਂ ਆਪ ਹੀ ਆਸੂ ਤੇ ਕਮਾ ਕੇ ਬੱਚਿਆਂ ਨੂੰ ਖਵਾਉਂਦੇ ਆਸੂ ਤਾਂ ਵੀ ਆਉਂਦੀ ਆ ਚਲੋ ਦਾਰ ਗੁਜ਼ੋਰ ਕਰ ਹੀ ਜਾ ਕਰ ਹੀ ਜਾ ਅੱਲਾ ਜ਼ਿੰਦਗੀ ਕਰੇ ਬੱਚਿਆਂ ਦੀ ਹੁਣ ਦੀਆਂ ਪੁੱਤਰਾਂ ਵਾਲੇ ਹੋ ਗਏ ਨਹੀਂ ਤੇ ਹੁਣ ਵੀ ਦਾਰ ਗੁਜ਼ਰ ਹੁੰਦਾ ਹੁਣ ਨਹੀਂ ਦਾਰ ਗੁਜ਼ਰ ਹੁੰਦਾ ਹੁਣ ਬਰਦਾਸ਼ਤ ਨਹੀਂ ਹੁਣ ਵੀ ਦਾਰ ਗੁਜ਼ਰ ਕਰ ਜਾ ਨਾ ਪਿਛਲੇ ਦਿਨਾਂ ਨੂੰ ਯਾਦ ਕਰਕੇ ਦਾਰ ਗੁਜ਼ਰ ਕਰ ਜਾ ਹੁਣ ਬਰਦਾਸ਼ਤ ਨਹੀਂ ਹੁੰਦੀ ਆ ਗੱਲਾਂ ਮੈਥੋਂ ਨਾ ਜਿਤਨੀਆਂ ਕੋ ਕਰ ਸਕਦਾ ਹਾਂ ਹੁਣ ਨਹੀਂ ਬਰਦਾਸ਼ਤ ਹੋਈ ਜਾਂਦੀ ਤੇ ਹੁਣ ਸਰਦੀਆਂ ਚ ਤੂੰ ਬਾਹਰੇ ਬੈਠੀ ਨਹੀਂ ਕਰਦੀ ਬਾਹਰੇ ਬੈਠਾ ਅੱਲਾ ਦੇ ਧੀਮਾ ਤੇ ਉੱਥੇ ਇੱਕ ਖੋਲਾ ਜਿਹਾ ਬਣਾ ਲਈ ਸਾ ਨਿੱਕਾ ਜਿਹਾ ਆਏ ਲੋਕਾਂ ਕੋਲ ਲੱਕੜ ਬਾਲਣ ਮੰਗ ਲਈ ਸਾ ਨਹੀਂ ਲੱਕੜ ਬਾਲਣ ਮੰਗਿਆ ਮੰਗ ਕੇ ਕੋਈ ਨਹੀਂ ਦੇਸੀ ਚੱਕੇ ਕਿਉਂ ਨੀ ਸਾਰੀ ਉਮਰ ਲੋਕਾਂ ਦੇ ਕੰਮ ਕੀਤੇ ਤੇ ਇਤਨਾ ਹੀ ਉਦੋਂ ਲੋਕ ਵੀ ਸਮਝੋ ਕੇ ਵਫਾਦਾਰ ਆ ਦੀਦ ਕਰਨ ਵਾਲਿਆਂ ਲੇਕਿਨ ਹੁਣ ਉਹ ਦੀਦ ਪਿਆਰ ਮੁਹੱਬਤ ਜਿਹੜੇ ਨਾ ਖਤਮ ਹੋ ਚੁੱਕੇ ਨੇ ਹੁਣ ਤੇ ਇੱਕ ਦੂਸਰੇ ਨੂੰ ਕੋਈ ਵੇਖ ਕੇ ਨਹੀਂ ਰਾਜ਼ੀ ਉਹ ਆਉਂਦੇ ਨੇ ਖਾਰੇ ਇਹਦੇ ਕੋਲ ਅਗਰ ਕੋਈ ਚੀਜ਼ ਹੈ ਤੇ ਇਹ ਅਗਰ ਮੇਰੇ ਕੋਲ ਆਉਂਦੀ ਨਾ ਸਮਝ ਆਈ ਨਾ ਤੇ ਨਾ ਲੋਕ ਹੱਸਦੇ ਨੂੰ ਵੇਖ ਕੇ ਰਾਜ਼ੀ ਆ ਤੇ ਨਾ ਹੀ ਰੋਂਦੇ ਨੂੰ ਚੁੱਪ ਕਰਾ ਸਕਦੇ ਆ ਤੇ ਐਸੀ ਗੱਲ ਹੁਣ ਅੰਮੀ ਨਹੀਂ ਹੈ ਉਹ ਪੁਰਾਣੀਆਂ ਸੋਚਾਂ ਤੁਹਾਡੀਆਂ ਅਜੇ ਤੱਕ ਲੱਗੀਆਂ ਹੁੰਦੀਆਂ ਉਹ ਸੋਚ ਹੀ ਹੁਣ ਛੱਡ ਦਿਓ ਸਮਝ ਆਈ ਨਾ ਹੁਣ ਕੋਈ ਐਸਾ ਦੌਰ ਹੀ ਨਹੀਂ ਹੈ ਲੇਕਿਨ ਦੁਨੀਆਂ ਤੇ ਬਹੁਤ ਲੋਕ ਹੈ ਵੀ ਨੇ ਜਿਹੜੇ ਦੀਦ ਕਰਨ ਵਾਲੇ ਲੇਕਿਨ ਜਿਹੜੇ ਸਾਡੇ ਖਾਸ ਕਰਕੇ ਆ ਪਿੰਡਾਂ ਥਾਵਾਂ ਵਾਲੇ ਆ ਇਹਨਾਂ ਨੂੰ ਮੈਂ ਉਹਨਾਂ ਦੀ ਗੱਲ ਕਰਦਾ ਪਿਆ ਜਿਸ ਤਰ੍ਹਾਂ ਪਹਿਲੇ ਹੁੰਦਾ ਸੀ ਕਿਸੇ ਦੇ ਜਾ ਕੇ ਪੱਠੇ ਲੈ ਆਉਂਦੇ ਗਿਆ ਜੀ ਹਾਂਜੀ ਅੱਜ ਬਾਰਿਸ਼ ਹੋ ਰਹੀ ਹੈ ਅਤੇ ਪੱਠਿਆਂ ਨੂੰ ਥੱਬੀ ਦੇ ਦਿਓ ਉਹਨਾਂ ਆਖਣਾ ਪੁੱਛਣ ਵਾਲੀ ਕਿਹੜੀ ਗੱਲ ਹੈ ਤੁਸੀਂ ਵੱਢ ਲੈਣੇ ਸੀ ਤੇ ਜੇ ਅਗਰ ਲੱਕੜੀ ਚਾਹੀਦੀ ਹੈ ਜੇ ਲੱਕੜ ਚਾਹੀਦੀ ਹੈ ਤਾਂ ਉਹ ਮਤਲਬ ਮੰਗਣੀ ਹੈ ਤਾਂ ਉਹਨਾਂ ਆਖਣਾ ਵੀ ਇਹਦੇ 'ਚ ਪੁੱਛਣ ਵਾਲੀ ਤਾਂ ਗੱਲ ਹੀ ਕੋਈ ਨਹੀਂ ਹੈ ਤੂੰ ਕਿਹੜਾ ਕੋਈ ਸਾਰਾ ਵੱਢ ਕੇ ਲੈ ਜਾਣਾ ਮਤਲਬ ਕਿ ਮੁਰੱਬਾ ਇਸ ਕਰਕੇ ਤੈਨੂੰ ਜਿਹੜੀ ਜ਼ਰੂਰਤ ਹੈ ਤੂੰ ਲੈ ਜਾ ਲੇਕਿਨ ਹੁਣ ਉਹ ਤੀਰ ਪਿਆਰ ਮੁਹੱਬਤ ਖਤਮ ਹੋ ਚੁੱਕੇ ਨੇ ਠੀਕ ਹੈ ਨਾ ਅਤੇ ਬਾਕੀ ਕੋਈ ਅੱਛੇ ਲੋਕ ਹੈ ਵੀ ਨੇ ਮੌਜੂਦ ਨੇ ਲੇਕਿਨ ਸਾਰੇ ਨਹੀਂ ਠੀਕ ਹੈ ਨਾ ਅਤੇ ਬਾਕੀ ਤੁਸੀਂ ਵੀ ਪੁਰਾਣੀ ਸੋਚ ਛੱਡ ਦਿਓ ਅਤੇ ਆਪਸ ਵਿੱਚ ਸਲੂਕ ਨਾ ਰਹੋ ਠੀਕ ਹੈ ਨਾ ਨਹੀਂ ਤਾਂ ਅੱਬੂ ਨੇ ਆਖਣਾ ਮੈਨੂੰ ਤਾਂ 50,000 ਦਾ ਮੋਬਾਈਲ ਲੈ ਦਿਓ ਮੈਨੂੰ ਤਾਂ ਲੈ ਦਿਓ ਨਹੀਂ ਤਾਂ ਮੈਂ ਦਿਹਾੜੀਆਂ ਕਰਕੇ ਮੈਂ ਨਾਲ ਲੈ ਹੀ ਕੋਈ ਨਹੀਂ ਜਾਊ ਅੰਮੀ ਮੇਰੀ ਸੁਣਨ ਗੱਲ ਮੈਂ ਉੱਥੇ ਬਾਜ ਨਸ ਕਰਾਂਗਾ ਕਿ ਮੈਂ ਖਿਆਲ ਰੱਖਾਂਗਾ ਅੱਬੂ ਤਬੀਅਤ ਨਹੀਂ ਸਹੀ ਰਹਿੰਦੀ ਉੱਥੇ ਅਕਸਰ
ਮੈਂ ਜਾਈ ਨਾ, ਮੈਂ ਆਪਣੇ ਕਾਰੋਬਾਰ ਵਿੱਚ ਮਸਰੂਫ ਹੋਣਾ, ਫਿਰ ਉਹਨੇ ਆਖਣਾ ਵੀ ਮੇਰਾ ਖਿਆਲ ਨਹੀਂ ਰੱਖਦਾ ਆਪੇ ਦੀ ਇਥੋਂ ਕਰਨ ਦੇ ਰਸਤੇ, ਦੀ ਅੰਮੀ ਕੁਛ ਵੀ ਨਹੀਂ ਕਰ ਸਕਦੀ, ਦੀ ਕੀ ਕਰਨਾ ਦੀ ਕਰਨ ਦੇ ਰਸਤੇ, ਤੂੰ ਇਹਨੇ ਮੂੰਹ ਬਣਾ ਲੈ ਸੀ, ਮੂੰਹ ਬਣਾ ਲੈ ਸੀ, ਤੂੰ ਆਪਣੇ ਮਗਰੂ ਲਾਉਂਗਾ, ਹਾਂ ਮੈਂ ਆਪਣੇ ਮਗਰੂ, ਨਹੀਂ ਇਸ ਤਰ੍ਹਾਂ ਨਹੀਂ, ਹਾਂ ਮੈਂ ਆਪਣੇ ਮਗਰੂ ਕਿਹਾ ਲੈ ਛੁੱਟਦੀ ਨਹੀਂ, ਮੇਰੇ ਮਗਰੂ ਨਹੀਂ ਬਰਦੇ ਰਹਤਾ ਇਸ ਐਵੇਂ ਦਰਾਂ ਤੇ ਲੜਾਈ ਕਰਤੀ ਰੱਖਣੀ ਹੈ ਜਿਹੜੀ ਗੱਲ ਰਾਂ ਲੜਾਈ ਤੇਰੀ ਜਾਨ ਨਹੀਂ ਛੁੱਟਦੀ ਮਰਦੇ ਦਮ ਤੱਕ, ਬਾਕੀ ਮੈਂ ਉਹਨੂੰ ਨਾਲ ਨਹੀਂ ਲਿਜਾ ਦੂੰ, ਮੈਂ ਉੱਥੇ ਕਿਵੇਂ ਖਿਆਲ ਕਰ ਸਕਦਾ, ਨਹੀਂ ਕੰਮ ਹੁੰਦੇ ਕੋਲ ਕੰਮ ਕੀ ਹੋਣਾ, ਹੋਣਾ ਇਸ ਮਾਰ ਕੰਮ ਹੁੰਦਾ ਪਿਆ, ਇਹ ਗੱਲ ਗਲਤ ਹੈ, ਤੂੰ ਤੈਨੂੰ ਤੂੰ ਕਿਉਂ ਚੁੱਕਦੀ ਪਈ ਉਹਨੂੰ, ਕੀ ਮਸਲਾ ਕੀ ਹੈ, ਕੀ ਰੌਲਾ ਹੈ, ਫਿਰ ਅੱਗੇ ਵੀ ਬਾਰੇ ਬਾਰੀ ਮੋੜੀ ਬਾਰੇ ਬੈਠੀ, ਹਾਂ ਮੈਨੂੰ ਰੋਲਾ ਕਾਤਾ, ਤੇ ਫੇਰ ਮੈਨੂੰ ਰੋਲਾ ਕੋਈ ਨਹੀਂ, ਆ ਤੇ ਬੈਠਾ ਰਹਿਣ ਦਿਓ, ਇਹ ਸਮਝਾਇਆ ਪੋਤਰ ਨੂੰ ਜੀ ਨਾ ਲਾ, ਲਾ ਇਹ ਪੋਤਰ ਨੂੰ ਸਮਝਾਇਆ ਜਿਹੜੀ ਗੱਲ ਮੈਂ ਕੀਤੀ, ਆ ਮੈਂ ਸੋਚ ਕੇ ਕਰੀ ਨਹੀਂ, ਤੂੰ ਤਾਂ ਸੋਚ ਕੇ ਕਰਨੀ ਹੈ ਨਾ, ਕੀ ਵਰ ਜਾਈ ਤੂੰ ਪੁੱਛ ਸਕਦਾ, ਮੇਰੇ ਨਾਲ ਕਦੋਂ ਕਰਨੇ ਆ, ਨਹੀਂ ਮੇਰੇ ਨਾਲ ਉਹਦੇ ਨਾਲ ਹੀ ਨਹੀਂ ਕਰਨੇ, ਮੇਰੇ ਨਾਲ ਸਲਾਹ ਕਿਹੜੀ ਤੁਸੀਂ ਕਰਦੇ, ਨਿਸ਼ਾਬੂ ਕਰਦਾ ਕਿ ਬਾਬੂ ਕਰਦਾ, ਕੋਈ ਵੀ ਨਹੀਂ ਕਰਦਾ, ਉਹ ਆਂਦਾ ਤੇਰੇ ਕੋਲ ਸਲਾਹ ਉਹ ਕੇ ਤੇਗਾ ਜਾਂਦੀ, ਹੁਣ ਕੱਲ ਇੱਥੇ ਤੁਸੀਂ ਦੋਵੇਂ ਨਹੀਂ ਬੈਠੇ ਹੋ, ਤੁਹਾਡੇ ਦੋਵਾਂ ਕੋਲ ਨਹੀਂ ਪੁੱਛੇ, ਜਿਹੜੀ ਸਲਾਹ ਕਰਨੀ ਤੁਹਾਡੇ ਦੋਵਾਂ ਕੋਲ ਰਾਏ ਲੈਣੀ ਹੁੰਦੀ, ਆ ਤੇ ਮੈਂ ਕਿਹਾ ਜੇ ਜਿਹੜੀ ਗੱਲ ਹੋਵੇ ਨਾ ਉਹ ਪੁੱਛਦਾ ਏ, ਤੂੰ ਜੇ ਇਕੱਠੇ ਬੈਠੀ ਹੋ ਉਸ ਨੂੰ ਪੁੱਛਦਾ, ਜੇ ਮੇਰੇ ਕੋਲ ਅੱਗੇ ਪਿੱਛੇ ਉਹ ਕਦੀ ਵਾਸਤੇ ਨਹੀਂ ਉਹ ਪੁੱਛਿਆ, ਬੈਠੀ ਹੋ ਮਾਤਾ, ਅੱਛਾ ਹਾਂ ਸ਼ਾਬੂ ਸਲਾਹ ਪੁੱਛੀ, ਸ਼ਾਬੂ ਤੇਰੇ ਕੋਲ ਆ ਸੀ ਮੈਂ ਗੱਲ ਕਰੂੰ, ਬਾਬੂ ਤੇਰੇ ਕੋਲ ਆ ਸੀ ਹਾਂ ਮੈਂ ਕਰੂੰ, ਰੱਸੀ ਮੈਂ ਉਦੋਂ ਬੜੀ ਕੱਸ ਕੇ ਦਿੱਤੀ ਸੀ, ਆ ਵੇਖੋ ਕਿੰਨੀ ਢਿੱਲੀ ਹੋ ਗਈ ਆ ਹੁਣ, ਫਿਰ ਤੇ ਕੱਪੜੇ ਵੀ ਅੱਜ ਕਾਫੀ ਸਾਰੇ ਹੈਗੇ ਉੱਤੇ ਸੱਟੇ ਤੇ ਸਾਰੇ ਥੱਲੇ ਆ ਜਾਣੇ ਆ, ਮੈਂ ਕੱਸ ਦਿਓ ਬੇਗਮ ਦਾ ਕੱਦ ਨਿੱਕਾ ਹੈਗਾ, ਰੱਸੀ ਤੇ ਉਹਦੇ ਕੋਲ ਲਪੜਿਆ ਨਹੀਂ ਜਾਂਦਾ, ਤੂੰ ਲਟਕੀ ਕਾਰ ਤਾਂ ਹੈ, ਤੂੰ ਲਟਕੀ ਕਾਰ ਤਾਂ ਲਟਕਿਆ ਹੋਇਆ, ਕੋਈ ਬੰਦਾ ਮਰਿਆ ਅੱਜ ਤਾਈਂ, ਕੋਈ ਲਟਕਿਆ ਹੋਇਆ ਅੱਜ ਤਾਈਂ ਬੰਦਾ ਮਰਿਆ ਹੈ, ਨਹੀਂ ਸੰਭਾਲ ਲੈ ਸਾ, ਤੂੰ ਲਟੇ ਕਰ ਸੰਭਾਲ ਹੀ ਨਹੀਂ ਪਤਾ ਨਾਲ ਦਾ ਗਵਾਡੀ, ਅੱਛਾ ਤੂੰ ਨਾ ਜਾ ਨਾ, ਤੈਨੂੰ ਕੌਣ ਲੈ ਕੇ ਜਾਂਦਾ ਪਿਆ, ਤੈਨੂੰ ਲੈ ਕੇ ਕੌਣ ਜਾਊਗਾ, ਜਾਣਾ ਤੂੰ ਐਵੇਂ ਹੈ, ਤੈਨੂੰ ਲੈ ਕੇ ਨਹੀਂ ਜਾਣਾ, ਫਿਰ ਤੈਨੂੰ ਨਹੀਂ ਲੈ ਕੇ ਜਾਣਾ, ਸਿਰਫ ਦੋਏ ਇੰਨੀ ਨਾ ਅੱਗੇ ਪਿਆਨੀ ਆ ਬਈ, ਬੱਚੇ ਨੂੰ ਕੌਣ ਸੰਭਾਲੇ ਤੇ ਹੋਣਾ ਨੀ, ਮੈਂ ਚੀਚਾ ਵੱਤ ਨਹੀਂ ਜਾਣਾ, ਚ
ਚੱਲ ਤੂੰ ਦੋ ਹੀ ਰੱਖ ਕੱਪੜੇ, ਤੂੰ ਨਵਾਂ ਪਾ ਪੁਰਾਣਾ ਪਾ, ਤੈਨੂੰ ਲੈ ਕੇ ਕਿਸੇ ਦੇ ਤੈਨੂੰ ਇੱਕ ਹੀ ਲੈ ਕੇ ਜਾਂਦਾ, ਕੱਲੀ ਤੈਨੂੰ ਰਾਹ ਹੀ ਨਹੀਂ ਆਉਂਦਾ। ਮਾਸ਼ਾਅੱਲਾ ਮੇਰੇ ਕੋਲ ਕੀ ਹੋ ਗਿਆ ਚਾਚੀ, ਮੈਂ ਕੋਈ ਨੀ ਜਾਵਾਂ, ਮੇਰਾ ਸਿਰ ਨਾ ਪੀੜੇ।